ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਸਿੱਧੂ ਦੇ ਬੋਲਣ ਤੋਂ ਬਚਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ ਮਾਮਲਾ ਹਾਈਕਮਾਨ ਅਧੀਨ ਆਉਂਦਾ ਹੈ ਅਤੇ ਹਾਈਕਮਾਨ ਹੀ ਇਸ ਤੇ ਕੋਈ ਫੈਸਲਾ ਲਏਗੀ। ਨਵਜੋਤ ਸਿੰਘ ਸਿੱਧੂ ਜਾਣੇ ਤੇ ਕੇਜਰੀਵਾਲ ਜਾਣੇ, ਮੇਰਾ ਤਾਂ ਕਿਸੇ ਸਾਡਾ ਤਾਂ ਆਪਦੀ ਪਾਰਟੀ ਨਾਲ ਡਿਵੈਲਪਮੈਂਟ ਦੇ ਏਜੰਡੇ ਦੇ ਉੱਤੇ ਇਲੈਕਸ਼ਨ ਲੜ ਰਹੇ ਹਾਂ। ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ, ਅੱਜ ਤੱਕ ਦੇ ਇਤਿਹਾਸਕ ਡਿਵੈਲਪਮੈਂਟ ਨੂੰ ਲੋਕਾਂ ਨੂੰ ਜਿਹੜਾ ਵਾ ਉਹ ਸਮਰਨ ਕਰਾਉਣਾ ਸਾਡੀ ਡਿਊਟੀ ਆ। ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਨੇ ਕਿਹਾ ਕਿ ਅਕਾਲੀ ਬੀਜੇਪੀ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੇਗਾ, ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਤੇ ਉਹ ਨੌਟੰਕੀ ਪਾਰਟੀ ਹੈ। ਮੁਕਾਬਲੇ 'ਚ ਅਗਰ ਦੇਖਿਆ ਜਾਵੇ ਤਾਂ ਨਾ ਤਾਂ ਕੋਈ ਉੱਥੇ ਕਾਂਗਰਸ ਦੀ ਹੈ ਅਤੇ ਨਾ ਕੋਈ ਹੋਰ ਪਾਰਟੀ ਆਪਣੇ ਆਪ 'ਚ ਖੜ੍ਹੀ ਹੁੰਦੀ ਹੈ। ਕਾਂਗਰਸ ਦੀ ਆਪਣੀ ਘਰੇਲੂ ਲੜਾਈ ਹੈ ਔਰ ਉਹਨਾਂ ਦੇ ਕੋਲ ਕੋਈ ਵੀ ਮੁੱਦਾ ਨਹੀਂ ਹੈ ਚੁਣਾਵ ਲੜਨ ਦਾ, ਔਰ ਅਸੀਂ ਵਿਕਾਸ ਦੇ ਮੁੱਦੇ ਦੇ ਉੱਤੇ ਜਿਹੜੀ ਚੁਣਾਵ ਲੜਾਂਗੇ। ਪਾਰਟੀ ਜਿਹੜੀ ਤੁਹਾਡੇ ਬੜੀ ਚਿੰਤਾ ਦੀ ਜਿਹੜੀ ਵਿਆਕੁਲਤਾ ਦਾ ਕਾਰਨ ਹੈ ਉਹਦਾ ਕੋਈ ਆਧਾਰ ਨਹੀਂ ਹੈ। ਉਹ ਹੈਡਲੈਸ, ਬੇਸਲੈਸ, ਥੋਟਲੈਸ ਅਤੇ ਸੈਂਸਲੈਸ ਹੈ। ਨਾ ਉਹਨਾਂ ਦੇ ਕੋਲ ਕੋਈ ਲੀਡਰ ਹੈ। ਬੀਜੇਪੀ ਦੇ ਵੱਲੋਂ ਕੱਢੀ ਜਾ ਰਹੀ ਤਿਰੰਗਾ ਯਾਤਰਾ ਤਹਿਤ ਫਿਰੋਜ਼ਪੁਰ ਦੇ ਵਿੱਚ ਕੇਂਦਰੀ ਮੰਤਰੀ ਹਰਸ਼ ਵਰਧਨ ਨੇ ਸ਼ਹੀਦਾਂ ਦੀ ਧਰਤੀ ਤੇ ਹੁਸੈਨੀਵਾਲਾ ਦੇ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਨਮਨ ਕੀਤਾ। ਉਧਰ ਅੰਮ੍ਰਿਤਸਰ ਦੇ ਵਿੱਚ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਤਿਰੰਗਾ ਯਾਤਰਾ ਕੱਢੀ। ਉਹਨਾਂ ਨੇ ਦੱਸਿਆ ਕਿ 21 ਅਗਸਤ ਨੂੰ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਅੰਮ੍ਰਿਤਸਰ ਪਹੁੰਚ ਰਹੇ ਨੇ। ਦੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ, ਬੀਜੇਪੀ ਦੇ ਵੱਲੋਂ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਉਸ ਦੀਆਂ ਤਸਵੀਰਾਂ ਨੇ। ਇੱਕ ਪਾਸੇ ਹੁਸੈਨੀਵਾਲਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ। ਹਰਸ਼ਵਰਧਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਤੇ ਉੱਥੇ ਹੀ ਦੂਜੇ ਪਾਸੇ ਬੀਜੇਪੀ ਆਗੂ ਅਨਿਲ ਜੋਸ਼ੀ ਜੋ ਹੈ ਤਿਰੰਗਾ ਯਾਤਰਾ ਕੱਢਦੇ ਹੋਏ ਅੰਮ੍ਰਿਤਸਰ ਦੇ ਵਿੱਚ। देशभर के अंदर हमारे पार्टी के चुने हुए प्रतिनिधि, हमारे पार्टी के संगठन के प्रतिनिधि, हमारे पार्टी के कार्यकर्ता जनता को साथ लेकर हजारों तिरंगा यात्राएं सारे देश के अंदर प्रारंभ करें। ਪੂਰੇ ਦੇਸ਼ ਦੇ ਵਿੱਚ, ਪੂਰੀ ਸਟੇਟ ਦੇ ਵਿੱਚ, ਹਰ ਕੌਂਸਟੀਟੂਐਂਸੀ ਦੇ ਵਿੱਚ, ਹਰ ਤਹਿਸੀਲ ਦੇ ਵਿੱਚ ਜਿਹੜੀਆਂ ਉਹ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ। ਉਸੇ ਲੜੀ ਦੇ ਵਿੱਚ ਸ਼੍ਰੀ ਅਰੁਣ ਜੇਟਲੀ ਜੀ 21 ਤਰੀਕ ਨੂੰ ਇੱਥੇ ਸ਼ਹੀਦਾਂ ਦੀ ਇਸ ਸਥਲੀ 'ਤੇ ਨਮਨ ਕਰਨ ਆ ਰਹੇ ਆ।